ਆਪਣੇ ਪੋਤੇ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਦਾਦੀ ਦੇ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਦੱਸ ਦਈਏ ਕਿ ਅੱਧੀ ਰਾਤ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਧਰਨੇ ਤੇ ਬੈਠ ਗਈ। ਹਾਲਾਂਕਿ ਧਰਨੇ ਤੇ ਬੈਠਿਆਂ ਦੇ ਇੱਕ ਪੁਲਿਸ ਪ੍ਰਸ਼ਾਸਨ ਦੇ ਵਿੱਚ ਹੜਕੰਪ ਮੱਚ ਗਿਆ, ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਸਮਝਾ ਬੁਝਾ ਕੇ ਹਟਾਇਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ। ਖੰਨਾ ਦੇ ਵਿੱਚ ਪੋਤੇ ਦੇ ਕਤਲ ਦਾ ਇਨਸਾਫ ਲੈਣ ਦੇ ਲਈ ਦੇਰ ਰਾਤ ਤੱਕ ਇੱਕ ਬਜ਼ੁਰਗ ਦਾਦੀ ਆਪਣੇ ਪਰਿਵਾਰ ਵਾਲਿਆਂ ਸੰਗ ਐਸਐਸਪੀ ਦਫ਼ਤਰ ਬਾਹਰ ਧਰਨਾ ਲਗਾ ਕੇ ਬੈਠੀ ਰਹੀ। ਰਾਤ 10 ਵਜੇ ਦੇ ਕਰੀਬ ਜਦੋਂ ਧਰਨਾਕਾਰੀਆਂ ਨੇ ਇੱਥੇ ਪੱਕਾ ਮੋਰਚਾ ਲਾਉਣ ਦੀ ਤਿਆਰੀ ਕੀਤੀ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡੀਐਸਪੀ ਅਤੇ 3 ਥਾਣਿਆਂ ਦੇ ਮੁਖੀ ਇੱਥੇ ਪਹੁੰਚੇ ਅਤੇ ਪਿੰਡ ਦੇ ਮੋਤਬਰ ਬੰਦੇ ਬੁਲਾ ਕੇ ਮੁਸ਼ਕਲ ਨਾਲ ਧਰਨਾ ਹਟਾਇਆ ਅਤੇ ਪਰਿਵਾਰ ਤੋਂ ਕਾਤਲ ਨੂੰ ਫੜਨ ਲਈ 2 ਦਿਨ ਦਾ ਸਮਾਂ ਮੰਗਿਆ। ਕਤਲ ਦਾ ਦੋਸ਼ ਪਿੰਡ ਦੇ ਵਸਨੀਕ ਅਤੇ ਪੰਜਾਬੀ ਗਾਇਕ ਕੁਲਦੀਪ ਸਿੰਘ ਵੀਦੀਪ ਅਤੇ ਉਸਦੇ ਪੁੱਤਰ ਦਮਨ ਔਜਲਾ ਤੇ ਲੱਗੇ ਸਨ। ਗਾਇਕ ਕੁਲਦੀਪ ਸਿੰਘ ਨੂੰ ਪੁਲਿਸ ਨੇ ਫੜ ਲਿਆ ਸੀ ਪਰ ਉਸਦਾ ਮੁੱਖ ਮੁਲਜ਼ਮ ਦਮਨ ਔਜਲਾ ਫਰਾਰ ਦੱਸਿਆ ਜਾ ਰਿਹਾ ਹੈ। ਮੁਖਤਿਆਰ ਕੌਰ ਨੇ ਦੱਸਿਆ ਕਿ ਉਸਦੇ ਨੌਜਵਾਨ ਪੋਤੇ ਗੁਰਦੀਪ ਸਿੰਘ ਮਾਣਾ ਦਾ 23 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ। ਪਿੰਡ ਦੇ ਵਸਨੀਕ ਅਤੇ ਪੰਜਾਬੀ ਗਾਇਕ ਕੁਲਦੀਪ ਸਿੰਘ ਵੀਦੀਪ ਅਤੇ ਉਸਦੇ ਪੁੱਤਰ ਦਮਨ ਔਜਲਾ ਨੇ ਕਤਲ ਕੀਤਾ ਸੀ। ਕੁਲਦੀਪ ਸਿੰਘ ਨੂੰ ਪੁਲਿਸ ਨੇ ਫੜ ਲਿਆ ਪਰ ਗਾਇਕ ਦਾ ਪੁੱਤ ਦਮਨ ਔਜਲਾ ਹੱਲੇ ਵੀ ਫਰਾਰ ਹੈ। 1 ਮਹੀਨੇ ਤੋਂ ਪੁਲਿਸ ਲਾਰੇ ਲਗਾ ਰਹੀ ਹੈ, ਦੋਸ਼ੀ ਪੈਸਿਆਂ ਵਾਲੇ ਹਨ ਤਾਂ ਕਰਕੇ ਕੋਈ ਸੁਣਵਾਈ ਨਹੀਂ ਹੋ ਰਹੀ। ਮਜਬੂਰ ਹੋ ਕੇ ਉਹਨਾਂ ਨੂੰ ਆਪਣੇ ਘਰ ਬਾਰ ਛੱਡ ਕੇ ਧਰਨਾ ਲਾਉਣਾ ਪਿਆ। ਜਦੋਂ ਤੱਕ ਦੋਸ਼ੀ ਨਹੀਂ ਫੜਿਆ ਜਾਂਦਾ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣਗੇ। ਮ੍ਰਿਤਕ ਦੇ ਚਚੇਰੇ ਭਰਾ ਹਰੀ ਸਿੰਘ ਨੇ ਵੀ ਪੁਲਿਸ ਦੀ ਕਾਰਜਸ਼ੈਲੀ ਉੱਪਰ ਸਵਾਲ ਚੁੱਕੇ ਨੇ। ਅਸੀਂ ਸਾਡੀ ਸੁਣਾਈ ਨਹੀਂ ਹੋਈ। ਕੀ ਮੰਗ ਕੀ ਆ ਆਪਣੀ? ਮੰਗ ਸਾਡੀ ਆ ਵੀ ਮੁੰਡੇ ਨੂੰ ਅਰੈਸਟ ਕਰਨ। ਮੁੰਡੇ ਨੂੰ ਅਰੈਸਟ ਹੋ ਨਹੀਂ ਰਿਹਾ। ਕਿਹੜਾ ਮੁੰਡਾ ਪੁੱਛਿਆਗਾ ਜੀ? ਦਮਨ ਔਜਲਾ। ਤੇ ਅੱਜ ਤੁਸੀਂ ਸਵੇਰ ਦੇ ਇੱਥੇ ਧਰਨੇ ਤੇ ਬੈਠੇ ਹੋ ਕਿ ਪੁਲਿਸ ਵਾਲਿਆਂ ਨੇ ਅਧਿਕਾਰੀਆਂ ਨੇ ਅਫਸਰਾਂ ਨੇ ਮੇਰਾ ਕਰਿਆ? ਅੱਜ ਦਾ ਬਹੁਤ ਕਰਿਆ। ਕੋਈ ਗੱਲਬਾਤ ਕਰੀ? ਪਰ ਸੁਣਾਈ ਕੋਈ ਨਹੀਂ ਕਰੀ। ਦੇ ਆਏ ਉਹਦੇ ਪ੍ਰਾਹੁਣੇ ਜਮਾਈ ਨੂੰ ਵੀ ਲੈ ਆਏ। ਅਸੀਂ ਉੱਥੇ ਜਾਂਦੇ ਫਿਰ ਜਾਂਦੇ ਜਦ ਲਿਆਉਣਗੇ ਮੁੰਡੇ ਨੂੰ ਉਸਦਾ ਜਦ ਰਹਿੰਦਾ। ਕਿੰਨਾ ਸਮਾਂ ਹੋ ਗਿਆ ਜਿਹੜਾ ਉਹ ਫਰਾਰ ਆ? ਮਹੀਨੇ ਦੇ ਉੱਤੇ ਹੋ ਗਏ। ਹੁਣ ਕੀ ਮਿੱਥ ਕੇ ਕੀ ਆਏ ਹੋ ਵੀ? ਹਾਂ ਮਿੱਥ ਕੇ ਅਸੀਂ ਆਏ ਵੀ ਮੁੰਡੇ ਨੂੰ ਰਹਿਣ ਕਰੋ, ਸਾਨੂੰ ਇਨਸਾਫ ਚਾਹੀਦਾ। ਤੇ ਫਿਰ ਅੱਜ ਸਾਰੀ ਰਾਤ ਇੱਥੇ ਬੈਠੇ ਰਹੋਗੇ? ਬੈਠੇ ਰਹੋ। ਕਦੋਂ ਤੱਕ ਜਿਹੜੇ ਬੈਠੋਗੇ ਇੱਥੇ? ਜਿੰਨਾ ਚਿਰ ਮੁੰਡੇ ਨੂੰ ਰੈਸਟ ਨਹੀਂ ਕਰਦੇ ਉਨਾ ਚਿਰ ਬੈਠਾ ਨਾ ਜਾਏ, ਮਹੀਨਾ ਨਾ ਕਰ। ਜਿਹੜੇ ਮੁੰਡੇ ਦੀ ਡੈਥ ਹੋਈ ਆ ਤੇ ਪਰਿਵਾਰ ਚ ਕੌਣ ਕੌਣ ਆ ਜੀ? ਉਹ ਮੈਂ, ਦਾਦੀ, ਮਾਂ, ਇਹ ਚਾਚੀ ਆ, ਆਹ ਤਾਈ ਆ। ਸਾਡਾ ਪਿੱਛੇ ਹੈ ਨੀ ਕੋਈ, ਇਹ ਵੀ ਵਿਚਾਰੇ ਕੋਈ ਮੇਰੇ ਦੋਸਤ ਹੋਣਾ, ਉਹਦੀ ਮਾਂ ਨੀ ਹੈ, ਮੁੰਡੇ ਦੀ ਪਿਓ ਨੀ, ਉਹਦਾ ਪਿਓ ਨੇ ਛੋਟੇ ਛੋਟੇ ਨੂੰ ਛੱਡ ਕੇ ਮਾਤਾ ਬਾਪੂ ਪਾਲੇ ਤੇ 21 ਸਾਲ ਦਾ ਮੁੰਡਾ ਘਰੋਂ ਬੁਲਾ ਕੇ ਗਿਆ 9 ਵਜੇ। ਉਹਨੇ ਕੋਈ ਗੱਲ ਨੀ, ਕੋਈ ਬਾਤ ਨੀ, ਜਾਂਦੇ ਹੀ ਇੰਨੀ ਕੁ ਦੂਰ ਜਾ ਕੇ ਰਾੜ ਮਾਰ ਕੇ ਮਾਰ। ਤੁਹਾਨੂੰ ਕੀ ਲੱਗਦਾ ਪੁਲਿਸ ਕਿਉਂ ਨੀ ਫੜ ਰਹੀ ਮੁੰਡੇ ਨੂੰ? ਪੈਸਾ ਕੰਮ ਕਰਦਾ ਸਾਡੇ ਕੋਲ ਆਏ ਨੀ ਕੁਸੇ, ਸਾਡੇ ਤਾਂ ਰੋਟੀ ਵੀ ਨੀ ਜੁੜਦੀ, ਅਗਰ ਰੋਟੀ ਵੀ ਮੰਗ ਮੰਗ ਸਾਡੇ ਜ਼ਿਆਦਾ ਅਮੀਰ ਬੰਦੇ ਦਿਓ ਜਿਹਨਾਂ ਦੇ ਪਰਚਾ। ਹਾਂ ਉਹ ਅਮੀਰ ਨੇ, ਜਿਹੜੇ ਮੁੰਡਾ ਨੀ ਦੇ ਰਹੇ ਅਮੀਰ ਨੇ, ਜਾਂ ਜ਼ਮੀਨ ਵਾਲੇ ਅਮੀਰ ਨੇ, ਅਸਾਂ ਗਰੀਬ ਆਦਮੀ। ਮੰਗ ਕੀ ਕਰਦੇ ਤੁਸੀਂ? ਮੰਗ ਅਸੀਂ ਕਰਦੇ ਮੁੰਡਾ ਰੈਸਟ ਕਰੋ, ਸਾਨੂੰ ਸਬਰ ਕਰੋ, ਕਿਹੜੀ ਤੇ ਮਾਰੀ ਉਹ ਸਾਡੀ ਮੰਗ ਕੀ। ਹਨੀ ਸਿੰਘ ਜੀ, ਮੇਰਾ ਜਿਹੜੇ ਮੁੰਡੇ ਡੈਥ ਹੋਈ ਉਹਦੇ ਕੀ ਲੱਗਦਾ? ਮੇਰਾ ਭਾਈ ਸੀਗਾ ਜੀ, ਚਾਚੇ ਦਾ ਮੁੰਡਾ ਸੀ। ਸਵੇਰ ਤੋਂ ਲੈ ਕੇ ਧਰਨਾ ਦਿੱਤਾ ਜਾ ਰਿਹਾ, ਅੱਜ ਰਾਤ ਨੂੰ ਵੀ ਇੱਥੇ ਬੈਠੇ ਹੋ, ਕੀ ਮਜਬੂਰੀ ਹੋਈ? ਸਰ ਸਾਡੀ ਸੁਣਵਾਈ ਨਹੀਂ ਹੁੰਦੀ ਹੈਗੀ, ਸਾਨੂੰ ਜੀ ਪੁਲਿਸ ਰਾਹ ਨਹੀਂ ਦਿੰਦੀ ਹੈਗੀ, ਅਸੀਂ ਮੁੰਡਾ ਫੜਨ ਨੂੰ ਕਹਿੰਦੇ ਹੀ ਫੜਦੇ ਨਹੀਂ ਹੈਗੇ ਜੀ। ਕੀ ਪੂਰਾ ਮਾਮਲਾ ਕੀ ਹੈ ਕਿ ਜਿਹੜਾ ਅੱਜ ਮਜਬੂਰ ਹੋ ਕੇ ਬੈਠੇ ਜੀ? ਦੇਖੋ ਜੀ, ਇਹਨਾਂ ਨੇ ਸਾਡੇ ਤੋਂ 10 ਦਿਨ ਮੰਗੇ ਸੀਗੇ
ਡਿਪਟੀ ਸਾਹਿਬ ਨੇ ਸੌਂਹਾਂ ਖਾਧੀਆਂ ਸੀਗੀਆਂ ਪਾਣੀ 'ਚ, ਚੂੜੀਆਂ ਭਰੀਆਂ ਸੀ ਗੁਰੂ ਨਾਨਕ ਦੇਵ ਜੀ ਦੀਆਂ ਤਿੰਨ ਵਾਰੀ, ਵੀ ਮੈਂ 5 ਦਿਨਾਂ 'ਚ ਮੁੰਡਾ ਪੇਸ਼ ਕਰ ਦਿਉ ਐਸ ਐੱਚ ਓ ਵੀ ਸਾਹਿਬ, ਇਹੀ ਕਹਿੰਦਾ ਸੀਗੇ ਵੀ ਤੁਸੀਂ ਸੰਸਕਾਰ ਕਰ ਦਿਉ ਸਾਡਾ ਜੀ, ਨਹੀਂ ਇਹਨਾਂ ਨੇ ਕਰਿਆ ਹੈਗਾ ਜੀ। ਅਸੀਂ ਫਿਰ ਵੀ ਇਹ ਕਰ, ਸਾਨੂੰ ਕਹੀ ਗਿਆ ਵੀ ਕਰਦੇ ਹਾਂ, ਅੱਜ ਕਰਦੇ ਹਾਂ, ਕੱਲ੍ਹ ਕਰਦੇ ਹਾਂ, ਰੇਟਾਂ ਜੀ ਸਾਰੇ ਕਿਤੇ ਕਰਦੇ ਹਾਂ, ਪਰ ਜੀ ਇਹਨਾਂ ਨੇ ਮੁੰਡਾ ਨਹੀਂ ਪੇਸ਼ ਹੋਇਆ। ਐਡੇ ਐਡੇ ਗੈਸਟ ਵੀ ਚੱਕੇ ਜਾਂਦੇ ਨੇ ਜੀ, ਪਰ ਸਾਡੇ 40 ਦਿਨਾਂ 'ਚੋਂ ਇੱਕੋ ਮੁੰਡਾ ਨਹੀਂ ਫੜਿਆ ਗਿਆ ਜੀ ਇਹਨਾਂ ਤੋਂ। ਉਹ ਦੋਏ ਪਿਓ ਪੁੱਤ ਸੀਗੇ ਜੀ, ਇਹ ਇੱਕ ਨਾ ਦਮਨਪ੍ਰੀਤ ਸੀਗਾ ਜੀ, ਦਮਨ ਔਜਲਾ, ਇੱਕ ਵਿੱਕੀ ਕੁਲਦੀਪ ਸਿੰਘ ਸੀਗਾ ਜੀ ਔਜਲਾ, ਇੱਕ ਫੜਿਆ ਗਿਆ ਜੀ ਵੀਰਦੀਪ। ਮੁੱਖ ਮੰਤਰੀ ਆ ਹਾਂ ਜੀ, ਜਿੰਨਾ ਤੱਕ ਧਰਨਾ ਨਹੀਂ ਲੱਗਦਾ ਉਹਨਾਂ ਨੂੰ ਸਾਫ਼ ਚਾਹੀਦਾ ਜੀ ਬਸ ਮੁੰਡਾ। ਉਹ ਤਾਂ ਜੀ ਬਸ ਵਿਹਲੇ ਕੰਮ ਪੁੱਠੇ ਕੰਮ ਕਰਦਾ ਸੀਗਾ ਜੀ, ਨਸ਼ੇ ਵਗੈਰਾ ਕਰਦਾ ਸੀਗਾ ਜੀ। ਹਾਂਜੀ ਹਾਂਜੀ, ਉਹ ਡੈਡੀ ਸੀਗਾ ਮੁੰਡੇ ਦਾ ਗਾਇਕ, ਉਹਨਾਂ ਵੀਰਦੀਪ ਆ ਜੀ। ਹਾਂਜੀ ਹਾਂਜੀ, ਚਾਹੇ ਮਹੀਨਾ ਦੋ ਮਹੀਨੇ ਇੱਥੇ ਹੀ ਬੈਠਾਂਗੇ, ਜੇ ਇੱਥੋਂ ਨਹੀਂ ਹੋਊਗੇ ਅਸੀਂ ਫਿਰ ਡੀ ਸੀ ਪੀ ਤੇ ਵੀ ਜਾਂ ਪੇਸ਼ ਹੋਵਾਂਗੇ। ਹਾਂਜੀ ਹਾਂਜੀ, ਉਹ ਕਹਿੰਦੇ ਵੀ ਅਸੀਂ 3 ਜਣੇ ਉਹ ਕਰ ਲਿਆ ਸੀਗਾ ਜੀ, ਉਹ ਤੁਹਾਨੂੰ ਅਸੀਂ ਕੀ ਲੈਣਾ, ਜਾਂ ਤਾਂ ਮੇਨ ਮੁੰਡੇ ਨੂੰ ਪੇਸ਼ ਕਰੋ ਜੀ, ਅਸੀਂ ਉਹਨਾਂ ਨੂੰ ਫੋਨ ਨਹੀਂ। ਸਾਡੇ ਨਾਲ ਐਸ ਐੱਚ ਓ ਸਾਹਿਬ, ਡਿਪਟੀ ਸਾਹਿਬ ਵੀ ਆਏ ਸੀਗੇ, ਉਹ ਇਹੀ ਕਹਿੰਦੇ ਨੇ ਵੀ ਅਸੀਂ ਇੱਧਰੋਂ ਉਰੋਂ ਪਰੇ ਹੋ ਜਾਓ, ਵੀ ਅਸੀਂ ਲੱਗੇ ਹੋਏ ਰੇਡ ਕਰਨ, ਵੀ ਜਿਹੜੇ ਹੈਗੇ ਨੇ ਵੀ ਮੁੰਡਾ ਦਾ ਪਤਾ ਲੱਗ ਜਾਊ ਅਸੀਂ ਪੇਸ਼ ਕਰਵਾ ਦਾਂਗੇ। ਜਿਸ ਤਰ੍ਹਾਂ ਬਹੁਤ ਜ਼ਿਆਦਾ ਗਰਮੀ ਆ, ਔਰਤਾਂ ਬਜ਼ੁਰਗ ਵੀ ਬੈਠੀ ਆ, ਕਿਵੇਂ ਸਮਾਂ ਲੰਘੂ ਇੱਥੇ ਬੈਠੇ? ਦੇਖੋ ਜੀ, ਹੁਣ ਤਾਂ ਹੁਣ ਬੈਠਣਾ ਤਾਂ ਪੈਣਾ ਜਾਂ ਸਾਡੀ ਸੁਣਵਾਈ ਨਹੀਂ ਹੈਗੀ ਜੀ, ਗਰਮੀ ਹੈ ਚਾਹੇ ਕੁਛ ਵੀ, ਅਸੀਂ ਤਾਂ ਬੈਠੇ ਹਾਂ ਜੀ। ਹੁਣ ਸਾਨੂੰ ਜੇ 1 ਦਿਨ ਨਹੀਂ, 10 ਦਿਨ ਨਹੀਂ, 15 ਦਿਨ, 20 ਦਿਨ, ਮਹੀਨਾ ਤਾਂ ਬੈਠਾਂਗੇ। ਕੀ ਲੱਗਦਾ ਪੁਲਿਸ ਨੂੰ ਇੰਨਾ ਸਮਾਂ ਕੌਣ ਲੱਗ ਗਿਆ ਮੁੰਡਾ ਬੈਠਾ? ਇਹ ਅੱਜ ਤੋਂ ਮਹੀਨਾ ਸਵਾ ਮਹੀਨਾ ਪਹਿਲਾਂ ਕਲਾਹੇ ਪਿੰਡ ਥਾਣੇ ਸਦਰ ਦਾ, ਉੱਥੇ 302 ਦਾ ਮੁਕੱਦਮਾ ਦਰਜ ਸੀ। ਇੱਕ ਦੋਸ਼ੀ ਉਹ 'ਚ ਗ੍ਰਿਫਤਾਰ ਹੋ ਗਏ ਸੀ, ਇੱਕ ਦੋਸ਼ੀ ਰਹਿ ਰਿਹਾ ਸੀਗਾ, ਉਹਦੇ ਅਸੀਂ ਵਾਰੰਟ ਲੈ ਲਏ ਆ, ਉਹਦੇ ਰਿਟਾ ਕਰ ਰਹੇ ਸੀਗੇ, ਅਤੇ ਮਦਈਆਂ ਨੂੰ ਇਹੀ ਸੀ ਵੀ ਉਹ ਗ੍ਰਿਫਤਾਰ ਨਹੀਂ ਹੋ ਰਿਹਾ। ਇਸ ਸੰਬੰਧੀ ਉਹਨਾਂ ਰੋਸ ਵਜੋਂ ਲਾਇਆ ਸੀ, ਫਿਰ ਉਹਨਾਂ ਨੂੰ ਦੱਸਤਾ ਵੀ ਥੋੜ੍ਹਾ ਵਿਦਿਨ ਸ਼ੋਰਟ ਟਾਈਮ ਉਹਨੂੰ ਅਰੈਸਟ ਕਰ ਲਿਆ ਜਾਊਗਾ, ਇਸ ਵਿਸ਼ਵਾਸ 'ਤੇ ਉਹ ਚਲੇ ਗਏ। ਹੋਰ ਵੀ ਸਰ ਕੋਈ ਸਟ੍ਰਿਕਟ ਐਕਸ਼ਨ ਇਸ ਮਾਮਲੇ 'ਚ ਕੋਈ ਲਿਆ ਗਿਆ ਜੀ? ਹੋਰ ਅਸੀਂ ਜਿਹਨਾਂ ਦੇ ਘਰੇ ਰਿਹਾ, ਠਾਰ ਬਣਾਈ ਆ, ਅਸੀਂ ਉਹਨਾਂ ਦੇ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ, ਜਿਹਨਾਂ ਨੇ ਉਹਨੂੰ ਸ਼ੈਲਟਰ ਦਿੱਤਾ ਹੋਇਆ।